ਗਿੱਦੜਬਾਹਾ ਵਿਖੇ ਬਾਅਦ ਦੁਪਹਿਰ ਪਿਓਰੀ ਰੋਡ ਤੇ ਸਥਿਤ ਵੇਅਰ ਹਾਊਸ ਗੋਦਾਮਾਂ ਵਿੱਚ ਲੇਬਰ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਮਾਹੌਲ ਉਸ ਸਮੇਂ ਤਣਾਅਪੂਰਨ ਬਣ ਗਿਆ ਜਦੋਂ ਲੇਬਰ ਵੱਲੋਂ ਨਵੇਂ ਬਣਾਏ ਗਏ ਪ੍ਰਧਾਨ ਨੂੰ ਬਣਾਉਣ ਤੋਂ ਇਨਕਾਰ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਫੂਡ ਗ੍ਰੇਨ ਐਂਡ ਅਲਾਈਡ ਵਰਕਰ ਯੂਨੀਅਨ ਦੇ ਪ੍ਰਧਾਨ ਲਖਵਿੰਦਰ ਸਿੰਘ ਬਾਦਰੂ ਨੇ ਰਾਜ ਵਿੱਚ ਕਾਂਗਰਸ ਸਰਕਾਰ ਆਉਂਦਿਆਂ ਹੀ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਬੀਤੇ ਦਿਨ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਇੱਕ ਕਰੀਬੀ ਰਿਸ਼ਤੇਦਾਰ ਵੱਲੋਂ ਗੁਰਤੇਜ ਸਿੰਘ ਨੂੰ ਉਕਤ ਲੇਬਰ ਯੂਨੀਅਨ ਦਾ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ। ਗੁਰਤੇਜ ਸਿੰਘ ਨੂੰ ਪ੍ਰਧਾਨ ਬਣਾਏ ਜਾਣ ਤੇ ਜ਼ਿਆਦਾਤਰ ਵਰਕਰਾਂ ਵੱਲੋਂ ਇਤਰਾਜ਼ ਕੀਤਾ ਗਿਆ ਤੇ ਉਹਨਾਂ ਉਕਤ ਨਵੇਂ ਬਣੇ ਪ੍ਰਧਾਨ ਗੁਰਤੇਜ ਸਿੰਘ ਨੂੰ ਆਪਣਾ ਪ੍ਰਧਾਨ ਮੰਨਣ ਤੋਂ ਇਨਕਾਰ ਕਰ ਦਿੱਤਾ ਤੇ ਵੇਅਰ ਹਾਊਸ ਦੇ ਗੋਦਾਮਾਂ ਵਿਖੇ ਧਰਨਾ ਦਿੱਤਾ ਤੇ ਕਿਹਾ ਕਿ ਉਹ ਆਪਣਾ ਪ੍ਰਧਾਨ ਵੋਟਿੰਗ ਰਾਹੀਂ ਆਪਣੇ ਵਿੱਚੋਂ ਹੀ ਚੁਣਨਗੇ ਤੇ ਕਿਸੇ ਵੀ ਬਾਹਰੀ ਵਿਅਕਤੀ ਵੱਲੋਂ ਬਣਾਏ ਗਏ ਪ੍ਰਧਾਨ ਨੂੰ ਉਹ ਕਿਸੇ ਵੀ ਤਰ੍ਹਾਂ ਨਾਲ ਪ੍ਰਵਾਨ ਨਹੀਂ ਕਰਨਗੇ। ਦੂਜੇ ਪਾਸੇ ਸਥਿਤੀ ਤਣਾਅਪੂਰਨ ਹੁੰਦੀ ਦੇਖ ਗਿੱਦੜਬਾਹਾ ਦੇ SHO ਹਰਵਿੰਦਰ ਸਿੰਘ ਸਰਾਹ ਮੌਕੇ ਤੇ ਪੁੱਜੇ। ਉਹਨਾਂ ਵਰਕਰਾਂ ਨੂੰ ਸ਼ਾਂਤੀ ਬਣਾਏ ਰੱਖਣ ਤੇ ਪ੍ਰਧਾਨਗੀ ਬਾਰੇ ਮਿਲ ਕੇ ਬੈਠ ਕੇ ਫੈਸਲਾ ਕਰਨ ਦੀ ਅਪੀਲ ਕੀਤੀ। ਮੌਕੇ ਤੇ ਪੁੱਜੇ ਫੂਡ ਗ੍ਰੇਨ ਐਂਡ ਅਲਾਈਡ ਵਰਕਰ ਯੂਨੀਅਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਲੇਬਰ ਸੈੱਲ ਦੇ ਵਾਈਸ ਚੇਅਰਮੈਨ ਸ਼ਮਸ਼ੇਰ ਸਿੰਘ ਕੋਟਕਪੂਰਾ ਨੇ ਕਿਹਾ ਕਿ ਯੂਨੀਅਨ ਦੀ ਗਿੱਦੜਬਾਹਾ ਬ੍ਰਾਂਚ ਵਿੱਚ ਕਰੀਬ 364 ਮੈਂਬਰ EPF ਵਾਲੇ ਨੇ ਤੇ ਆਪਣਾ ਪ੍ਰਧਾਨ ਅਤੇ ਹੋਰ ਅਹੁਦੇਦਾਰ ਖੋ ਚੁੰਦੇ ਨੇ। ਪਰੰਤੂ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਇੱਕ ਰਿਸ਼ਤੇਦਾਰ ਨੇ ਕੱਲ੍ਹ ਧੱਕੇ ਨਾਲ ਹੀ ਆਪਣੇ ਆਦਮੀ ਨੂੰ ਉਕਤ ਯੂਨੀਅਨ ਦਾ ਪ੍ਰਧਾਨ ਨਿਯੁਕਤ ਕਰ ਦਿੱਤਾ ਜਿਸ ਕਾਰਨ ਵਰਕਰਾਂ ਵਿੱਚ ਕਾਫੀ ਰੋਸ ਹੈ। ਇਸ ਸਬੰਧੀ ਜਦੋਂ ਵਿਧਾਇਕ ਰਾਜਾ ਵੜਿੰਗ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹ ਦਿੱਲੀ ਵਿਖੇ ਸਨ ਤੇ ਇਸ ਸਬੰਧੀ ਉਹਨਾਂ ਦੇ ਨਿੱਜੀ ਸਹਾਇਕ ਜਸਪ੍ਰੀਤ ਨੇ ਦੱਸਿਆ ਕਿ ਗੁਰਤੇਜ ਸਿੰਘ ਦੀ ਬਤੌਰ ਪ੍ਰਧਾਨ ਨਿਯੁਕਤੀ ਲੇਬਰ ਵੱਲੋਂ ਕੀਤੀ ਗਈ ਹੈ ਤੇ ਚੋਣਾਂ ਪੂਰੀ ਤਰ੍ਹਾਂ ਨਾਲ ਨਿਰਪੱਖ ਹੋਈਆਂ ਨੇ। ਗਿੱਦੜਬਾਹਾ ਤੋਂ ਅਜ਼ਾਦ TV ਨਿਊਜ਼ ਦੇ ਲਈ ਸੋਨੀ ਢੱਲਾ ਦੀ ਰਿਪੋਰਟ। ਗੁਰਤੇਜ ਸਿੰਘ ਕੀ ਮਾਮਲਾ ਕੀ ਹੈ ਜਿਹੜਾ? ਇਹ ਮਾਮਲਾ ਹੈ ਜੀ, ਲੇਬਰ ਨੇ ਪ੍ਰਧਾਨ ਬਦਲਿਆ ਜੀ, ਬਦਲਿਆ ਹੋਇਆ ਲੇਬਰ ਨੇ ਪ੍ਰਧਾਨ। ਪਹਿਲਾਂ ਕੌਣ ਸੀਗਾ? ਪਹਿਲਾਂ ਸੀਗਾ ਬਦਰੂ, ਲਖਵਿੰਦਰ ਸਿੰਘ ਬਦਰੂ। ਬਦਰੂ ਆਲਰੇਡੀ ਅਸਤੀਫਾ ਦੇ ਚੁੱਕਿਆ? ਹਾਂਜੀ। ਤੇ ਹੁਣ ਤੁਹਾਨੂੰ ਪ੍ਰਧਾਨ ਕਿਹਨੇ ਬਣਾਇਆ? ਲੇਬਰ ਨੇ ਜੀ। ਲੇਬਰ ਨੇ ਬਣਾਇਆ? ਹਾਂਜੀ। ਤੇ ਲੇਬਰ ਹੀ ਤੁਹਾਡੇ ਖਿਲਾਫ ਪ੍ਰੋਟੈਸਟ ਕਰੀ ਜਾਂਦੀ ਹੈ ਕਿ ਤੁਹਾਨੂੰ ਪ੍ਰਧਾਨ ਮੰਨਣ ਲਈ? ਉਹ ਤਾਂ ਜੀ ਹੁਣ ਮੇਰੀ ਗੱਲ ਸੁਣੋ, ਹੁਣ ਸਾਰਿਆਂ ਨੂੰ ਪੂਆ ਪੂਆ ਦਾਰੂ ਦਾ ਪਿਆ ਕੇ ਲਿਆਂਦਾ ਹੈਗਾ, ਜੋ ਕੁਛ ਬੰਦੇ ਖਿਲਾਫ ਵੀ ਹੁੰਦੇ ਸਾਰੇ ਤੇ ਨਾਲ ਵੀ। ਤੇ ਇੱਥੇ ਉਹਨਾਂ ਨੂੰ ਤਾਂ ਵੀ ਸਾਡਾ ਹਿਸਾਬ, ਅਸੀਂ ਹਿਸਾਬ ਮੰਗਦੇ ਹਾਂ, ਤੋ ਵੀ ਹਿਸਾਬ ਨਾ ਸਾਡਾ ਬਦਲਿਆ ਗਿਆ ਤੇ ਮੈਂ ਤੋ ਹਿਸਾਬ ਮੰਗ ਰਹੇ ਤੇ ਮੇਰਾ ਹਿਸਾਬ ਨਾ ਪੱਟਿਆ ਜਾਵੇ, ਉਹ ਪੋਚਾ ਵੱਜੇ ਉੱਤੇ। ਉਹ ਤਾਂ ਜਨਤਾ ਦਾ ਫੈਸਲਾ ਜੀ, ਕੋਈ ਨਹੀਂ ਕਿਸੇ ਨੂੰ ਬਣਾ ਸਕਦਾ ਜੀ, ਜਿਹਦੇ ਨਾਲ ਜਨਤਾ ਹੋਊਗੀ ਪ੍ਰਧਾਨ ਉਹੀ ਰਹੂਗਾ ਜੀ। ਤੇ ਜਿਹੜਾ ਬਣਾਇਆ ਉਹ ਗਲਤ ਹੈ ਕਿ ਸਹੀ ਹੈ? ਉਹ ਤਾਂ ਬਿਲਕੁਲ ਗਲਤ ਹੈ ਜੀ, ਪਹਿਲਾਂ ਵੀ ਬਣਿਆ ਸੀਗਾ ਜੀ, ਉਹ ਪਹਿਲਾਂ ਵੀ ਯੂਨੀਅਨ ਦੇ ਪੈਸੇ ਬਹੁਤ ਖਾ ਗਿਆ ਜੀ, ਉਹ ਵਰਕਰ ਖੜਿਆ ਜੀ, ਫਿਰ ਦੁਬਾਰੇ ਹੁਣ ਧੱਕੇ ਨਾਲ ਹੀ ਬਣਦਾ ਜੀ, ਲੇਬਰ ਉਹਨੂੰ ਕੋਈ ਨਹੀਂ ਚਾਹੁੰਦੀ। ਪੱਪੂ ਸਿੰਘ ਜੀ, ਪੱਪੂ ਸਿੰਘ ਜੀ ਕੀ ਰੌਲਾ ਕੀ ਹੈ ਤੁਹਾਡਾ? ਰੌਲਾ ਸਾਡਾ ਇਹੋ ਹੈ ਜੀ, ਇੱਕ ਤਾਂ ਸਾਨੂੰ ਲੇਬਰ ਸਹੀ ਪੈਸੇ ਮਿਲਦੀ ਗਈ, ਠੀਕ ਹੈ ਨਾ, ਇੱਕ ਸਾਡੇ ਜਿਹੜੇ PF ਦੇ ਪੈਸੇ ਉਹ ਸਾਨੂੰ ਮਿਲਦੇ ਗਏ, ਠੀਕ ਹੈ ਜੀ। ਦੂਜਾ ਕੰਮ ਸਾਨੂੰ ਇਹ ਚਾਹੀਦਾ ਵੀ ਸਾਡੇ ਸਹੀ ਪੈਸੇ ਮਿਲ ਜਾਏ, ਜਿਹੜਾ ਪ੍ਰਧਾਨ ਚੁਣਨਾ ਸੀ ਸਾਡੇ ਲੇਬਰ ਨੇ ਚੁਣਨਾ। ਹੁਣ ਕਿਹਨੇ ਚੁਣਿਆ ਪ੍ਰਧਾਨ? ਹੁਣ ਤਾਂ ਇਹਨਾਂ ਨੇ ਆਪ ਚੁਣਿਆ, 15 ਬੰਦਿਆਂ ਨੇ। ਨਾਮ ਦੱਸ ਕਿਹੜੇ ਬੰਦੇ ਨੇ? ਕਿਹਨੇ ਚੁਣਿਆ? ਰਾਜਾ ਵੜਿੰਗ ਨੇ ਕਿ ਰਾਜਾ ਵੜਿੰਗ? ਪਰ ਰਾਜਾ ਵੜਿੰਗ ਤਾਂ ਇਹਨਾਂ ਸਾਲਾ ਨਹੀਂ ਸੀਗਾ ਜੀ, ਉਹ ਚੁਣਿਆ ਸਾਲਾ ਨਾਲ ਚੁਣਿਆ ਗਿਆ, ਅਸੀਂ ਬੰਦਿਆਂ ਨੇ ਨਹੀਂ ਚੁਣਿਆ ਹੈਗਾ। ਹਾਂ, ਜੇ ਲੇਬਰ ਸੈੱਲ ਦਾ ਪੰਜਾਬ ਦਾ ਵਾਈਸ ਚੇਅਰਮੈਨ ਗਿੱਦੜਬਾਹਾ ਦੇ ਵਿੱਚ ਜੋ ਲੇਬਰ ਫੂਡ ਐਂਡ ਅਲਾਈਡ ਵਰਕਰ ਯੂਨੀਅਨ ਦੇ ਨਾਂ ਥੱਲੇ ਸਟੇਟ ਇੰਜੀਨੀਅਰਸ ਕੰਮ ਕਰਦੀ ਹੈ, ਇਹਨਾਂ ਦਾ 364 ਮੈਂਬਰ ਜਿਹੜੇ ਹੈ ਲੰਮੇ ਸਮੇਂ ਤੋਂ EPF ਦੇ ਮੈਂਬਰ ਹੈ, ਇੱਥੇ ਕੰਮ ਕਰਦੇ ਹੈ, ਇਹ ਆਪਦਾ ਪ੍ਰਧਾਨ ਸੈਕਟਰੀ ਆਪਦੀ ਚੋਣ ਕਰਦੇ ਹੈ, 18 ਟੋਲੀਆਂ ਚੱਲਦੀਆਂ। ਅਗਰ ਕੋਈ ਵਰਕਰ ਨੂੰ ਤਕਲੀਫ ਹੈ ਤਾਂ ਉਹ ਬੈਠ ਕੇ ਆਪਦੀ ਚੋਣ ਕਰ ਸਕਦੇ ਹੈ। ਲੇਕਿਨ ਕੱਲ੍ਹ ਇੱਥੇ ਬੜੀ ਹੈਰਾਨੀ ਦੀ ਗੱਲ ਹੈ ਕਿ ਸਰਕਾਰ ਬਣੀ ਨੂੰ ਅਜੇ ਕੁਛ ਦਿਨ ਹੀ ਨਹੀਂ ਹੋਏ ਤਾਂ ਇੱਥੇ ਧੱਕੇਸ਼ਾਹੀ ਮਜ਼ਦੂਰ ਜਮਾਤ ਸ਼ੁਰੂ ਹੋ ਗਈ।